ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਲੁਧਿਆਣਾ ਵਿਖੇ ਜਲੰਧਰ ਬਾਈਪਾਸ ਸਥਿਤ ਕਲਿਆਣ ਪੈਟਰੋਲ ਪੰਪ ਦੇ ਬਾਥਰੂਮ 'ਚ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਵੱਲੋਂ ਕਾਫੀ ਦੇਰ ਤੱਕ ਦਰਵਾਜ਼ਾ ਨਾ ਖੋਲਣ ਤੋਂ ਬਾਅਦ ਉੱਥੇ ਇਕੱਠੇ ਹੋਏ ਲੋਕਾਂ ਨੇ ਬਾਥਰੂਮ ਦਾ ਗੇਟ ਤੋੜ ਦਿੱਤਾ ਤਾਂ ਦੇਖਿਆ ਕਿ ਅੰਦਰ ਨੌਜਵਾਨ ਦੀ ਲਾਸ਼ ਪਈ ਸੀ। ਪੈਟਰੋਲ ਪੰਪ ਦੇ ਵਰਕਰ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਟੀਕਾ ਭਾਰਤੀ ਕਲੋਨੀ ਦਾ ਕੋਈ ਮੈਡੀਕਲ ਸਟੋਰ ਵਾਲਾ ਦੇ ਕੇ ਗਿਆ ਸੀ। ਮੌਕੇ ਤੇ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਜਦ ਤੱਕ ਮੈਡੀਕਲ ਵਾਲੇ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਲਾਸ਼ ਨਹੀਂ ਲੈ ਕੇ ਜਾਣਗੇ। ਉਹ ਆਈਡੈਂਟੀਫਾਈ ਕਰ ਲਈ ਅਸੀਂ, ਇਹ ਧਰਮਿੰਦਰ ਆ ਲੜਕਾ ਸਲੀਮ ਟਾਵਰੀ ਦਾ, ਇਹਦੇ ਵਾਰਸ ਬੁਲਾ ਲਏ ਅਸੀਂ। ਇਹਦੇ ਹੱਥ 'ਚੋਂ ਸਰਿੰਜ ਉਸ ਤਰ੍ਹਾਂ ਹੀ ਨੀਡਲ ਦੇ ਨਾਲ ਮਿਲੀ ਆ, ਉਹ ਪੁਲਿਸ ਨੇ ਆਪਣੀ ਕੇਸ ਰਜਿਸਟਰ ਕਰ ਲਿਆ, ਕਾਰਵਾਈ ਸ਼ੁਰੂ ਕਰਤੀ। ਜੋ ਇਹਦੇ 'ਚ ਜਿਵੇਂ ਇਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਇੱਥੋਂ ਲਿਆਉਂਦਾ ਇਹ ਐਂ ਕਰਦਾ, ਉਸ ਤਰ੍ਹਾਂ ਪੁਲਿਸ ਕਾਰਵਾਈ ਕਰ ਰਹੀ ਹੈ, FIR ਲੌਜ ਹੋ ਗਈ। ਇਹ 11:30-12 ਵਜੇ ਦਾ ਟਾਈਮ ਸੀਗਾ ਜਦੋਂ ਪੁਲਿਸ ਕੋਲ, ਮਤਲਬ 4:30 ਵਜੇ ਦਾ ਟਾਈਮ। ਨਹੀਂ, ਇੱਥੇ ਇਕੱਲਾ ਲੌਕ ਸੀਗਾ ਅੰਦਰੋਂ ਬਾਥਰੂਮ 'ਚ, ਫਿਰ ਇਹਨਾਂ ਨੇ ਪਤਾ ਲੱਗਿਆ ਇਹਨਾਂ ਨੇ ਵੀ ਬਾਹਰ 1.5 ਘੰਟਾ ਹੋ ਗਿਆ ਨਿਕਲਿਆ ਨਹੀਂ, ਫਿਰ ਲੌਕ ਤੋੜਿਆ, ਫਿਰ ਕੱਢਿਆ ਨੂੰ ਬਾਹਰ। ਲੁਧਿਆਣਾ ਤੋਂ ਸੁਰਿੰਦਰ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।